ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਅੱਜ ਸਵੇਰੇ ਤੜਕਸਾਰ ਇੱਕ ਭਿਆਨਕ ਹਾਦਸਾ ਕੰਡਿਆਲ ਵਿਖੇ ਹੋਇਆ, ਜਿੱਥੇ ਕਿ ਸਕੂਟੀ ਸਵਾਰ ਵਿਅਕਤੀ ਗੁਰਵਿੰਦਰ ਸਿੰਘ ਜਿਹਦੀ ਡੈਥ ਹੋ ਗਈ ਆ, ਉਹ ਟਰੱਕ ਦੇ ਨਾਲ ਗੁਰਦਾਸਪੁਰ ਤੋਂ ਟਰੱਕ ਆ ਰਿਹਾ ਸੀ, ਜਿਹਦੇ ਨਾਲ ਟੱਕਰ ਭਿਆਨਕ ਟੱਕਰ ਹੋ ਗਈ। ਸਾਡੇ ਨਾਲ ਨੇ SMO ਸਾਹਿਬ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਸਰ, ਡੈਡ ਬੋਡੀ ਇੱਥੇ ਲਿਆਂਦੀ ਗਈ ਆ, ਪੁਲਿਸ ਵੱਲੋਂ ਜਿਹੜੀ ਆ ਕਸਟਡੀ ਦੇ ਵਿੱਚ ਲੈ ਕੇ ਲਾਸ਼ ਨੂੰ ਤੇ ਇੱਥੇ ਲਿਆਂਦਾ ਗਿਆ। ਹਾਂਜੀ, ਅੱਜ ਸਵੇਰੇ ਮਨਭਾਗੀ ਘਟਨਾ ਹੋਈ ਹੈ। ਇੱਕ ਗੁਰਦਾਸਪੁਰ ਰੋਡ 'ਤੇ ਗੁਰਵਿੰਦਰ ਸਿੰਘ ਸਨ ਆਫ ਅਜੀਤ ਸਿੰਘ, ਜਿਹੜਾ ਕਿ ਧੰਦੋਈ ਰਹਿਣ ਵਾਲੇ ਸੀਗੇ, ਉਹ ਸਕੂਟਰ 'ਤੇ ਜਾ ਰਹੇ ਸੀ, ਸਾਹਮਣੇ ਆ ਰਹੇ ਟਰੱਕ ਦੇ ਨਾਲ ਉਹਨਾਂ ਦਾ ਐਕਸੀਡੈਂਟ ਹੋਇਆ ਅਤੇ ਮੌਕੇ 'ਤੇ ਮੌਤ ਹੋ ਗਈ ਹੈ। ਉਹਨਾਂ ਦੀ ਡੈਡ ਬੋਡੀ ਨੂੰ ਮੌਚਰੀ ਵਿੱਚ ਰਖਵਾਇਆ ਗਿਆ, ਅਤੇ ਜਦੋਂ ਵੀ ਪੁਲਿਸ ਪੇਪਰ ਵਗੈਰਾ ਕੰਪਲੀਟ ਹੋਣਗੇ ਫਿਰ ਉਹਦੇ ਅਕੋਰਡਿੰਗਲੀ ਜਾਂ ਉਹਦਾ ਪੋਸਟਮਾਰਟਮ ਵਗੈਰਾ ਕੀਤਾ ਜਾਵੇ। ਇਹ ਘੁੰਮਣੀ ਮੱਥਾ ਟੇਕਣ ਜਾ ਰਹੇ, ਇੱਧਰੋਂ ਜਦੋਂ ਕ੍ਰਾਸ ਲੱਗੇ ਕਰਨ ਬਾਈਪਾਸ ਤੋਂ, ਤੇ ਉਹ ਉਦੋਂ ਤੇਜ਼ ਰਫ਼ਤਾਰ ਦੇ ਨਾਲ ਟਰੱਕ ਇੱਕ ਆ ਰਿਹਾ ਸੀ, ਉਹ ਟਰੱਕ ਦੀ ਲਪੇਟ 'ਚ ਆ ਗਏ। ਮੌਕੇ ਤੇ ਡੈਥ ਉਹਨਾਂ ਦੀ ਹੋ ਗਈ, ਉਹਨਾਂ ਦਾ ਨਾਮ ਗੁਰਵਿੰਦਰ ਸਿੰਘ ਸੀ। ਇਹ ਅੱਡਾ ਧੰਦੋਈ ਸਕੂਲ ਦੇ ਰਹਿਣ ਵਾਲੇ। ਕੈਮਰਾਮੈਨ ਸੁਨੀਤ ਦੇ ਨਾਲ ਸਰਵਨ ਸਿੰਘ ਘੁਮਾਣ ਬਟਾਲਾ, ਗੁਰਦਾਸਪੁਰ। ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਅੱਜ ਸਵੇਰੇ ਤੜਕਸਾਰ ਇੱਕ ਭਿਆਨਕ ਹਾਦਸਾ ਕੰਡਿਆਲ ਵਿਖੇ ਹੋਇਆ, ਜਿੱਥੇ ਕਿ ਸਕੂਟੀ ਸਵਾਰ ਵਿਅਕਤੀ ਗੁਰਵਿੰਦਰ ਸਿੰਘ ਜਿਹਦੀ ਡੈਥ ਹੋ ਗਈ ਆ, ਉਹ ਟਰੱਕ ਦੇ ਨਾਲ ਗੁਰਦਾਸਪੁਰ ਤੋਂ ਟਰੱਕ ਆ ਰਿਹਾ ਸੀ, ਜਿਹਦੇ ਨਾਲ ਟੱਕਰ ਭਿਆਨਕ ਟੱਕਰ ਹੋ ਗਈ। ਸਾਡੇ ਨਾਲ ਨੇ SMO ਸਾਹਿਬ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਸਰ, ਡੈਡ ਬੋਡੀ ਇੱਥੇ ਲਿਆਂਦੀ ਗਈ ਆ, ਪੁਲਿਸ ਵੱਲੋਂ ਜਿਹੜੀ ਆ ਕਸਟਡੀ ਦੇ ਵਿੱਚ ਲੈ ਕੇ ਲਾਸ਼ ਨੂੰ ਤੇ ਇੱਥੇ ਲਿਆਂਦਾ ਗਿਆ। ਹਾਂਜੀ, ਅੱਜ ਸਵੇਰੇ ਮਨਭਾਗੀ ਘਟਨਾ ਹੋਈ ਹੈ। ਇੱਕ ਗੁਰਦਾਸਪੁਰ ਰੋਡ 'ਤੇ ਗੁਰਵਿੰਦਰ ਸਿੰਘ ਸਨ ਆਫ ਅਜੀਤ ਸਿੰਘ, ਜਿਹੜਾ ਕਿ ਧੰਦੋਈ ਰਹਿਣ ਵਾਲੇ ਸੀਗੇ, ਉਹ ਸਕੂਟਰ 'ਤੇ ਜਾ ਰਹੇ ਸੀ, ਸਾਹਮਣੇ ਆ ਰਹੇ ਟਰੱਕ ਦੇ ਨਾਲ ਉਹਨਾਂ ਦਾ ਐਕਸੀਡੈਂਟ ਹੋਇਆ ਅਤੇ ਮੌਕੇ 'ਤੇ ਮੌਤ ਹੋ ਗਈ ਹੈ। ਉਹਨਾਂ ਦੀ ਡੈਡ ਬੋਡੀ ਨੂੰ ਮੌਚਰੀ ਵਿੱਚ ਰਖਵਾਇਆ ਗਿਆ, ਅਤੇ ਜਦੋਂ ਵੀ ਪੁਲਿਸ ਪੇਪਰ ਵਗੈਰਾ ਕੰਪਲੀਟ ਹੋਣਗੇ ਫਿਰ ਉਹਦੇ ਅਕੋਰਡਿੰਗਲੀ ਜਾਂ ਉਹਦਾ ਪੋਸਟਮਾਰਟਮ ਵਗੈਰਾ ਕੀਤਾ ਜਾਵੇ। ਇਹ ਘੁੰਮਣੀ ਮੱਥਾ ਟੇਕਣ ਜਾ ਰਹੇ, ਇੱਧਰੋਂ ਜਦੋਂ ਕ੍ਰਾਸ ਲੱਗੇ ਕਰਨ ਬਾਈਪਾਸ ਤੋਂ, ਤੇ ਉਹ ਉਦੋਂ ਤੇਜ਼ ਰਫ਼ਤਾਰ ਦੇ ਨਾਲ ਟਰੱਕ ਇੱਕ ਆ ਰਿਹਾ ਸੀ, ਉਹ ਟਰੱਕ ਦੀ ਲਪੇਟ 'ਚ ਆ ਗਏ। ਮੌਕੇ ਤੇ ਡੈਥ ਉਹਨਾਂ ਦੀ ਹੋ ਗਈ, ਉਹਨਾਂ ਦਾ ਨਾਮ ਗੁਰਵਿੰਦਰ ਸਿੰਘ ਸੀ। ਇਹ ਅੱਡਾ ਧੰਦੋਈ ਸਕੂਲ ਦੇ ਰਹਿਣ ਵਾਲੇ। ਕੈਮਰਾਮੈਨ ਸੁਨੀਤ ਦੇ ਨਾਲ ਸਰਵਨ ਸਿੰਘ ਘੁਮਾਣ ਬਟਾਲਾ, ਗੁਰਦਾਸਪੁਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲਿਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।